कोई भी ना इसको खुश कर पाया, तौबा में जा करके, तौबा में जा करके पछताया, तौबा में शादी करके पछताया। स्ट्रगल है मेरी चीरे तो लग रही है, स्ट्रगल तो बहुत है। मेरे कल्चर खराब कर दे वेस्टर्न बहुत ज्यादा अडॉप्ट कर लग गए। खोल के सूर्य अस्त पंजाबी मस्त, सूर्य अस्त पंजाबी मस्त। सो इस समय मोहाली के कार क्लब असि पहुंचे हुए हैं, जिथे काफी सारे सिंगर्स ने, चाहे मनकीर अदौलख ने, एली मांगड़ ने, बबू मांझी, इस समय साढ़े बॉलीवुड सिंगर मौजूद ने। आलमीर खान जी ने बॉलीवुड तमाम गाने गए, पंजाबी इंडस्ट्री से भी गाने गए, काफी फेमस सॉन्ग सी सूर्य अस्त पंजाबी मस्त। तुसी पहचान ही रहो कि पटियाले गाने में सदाई जी गल कर, मैं खास गलबात कर रहे थे जानते हैं इस लॉन्च विच की खास खास है। थोड़ा बहुत बहुत स्वागत है टीवी एन आई दे। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਤੇ ਜਿੱਦਾਂ ਤੁਸੀਂ ਪਟਿਆਲੇ ਘਰਾਣੇ ਤੋਂ ਹੋ ਨਾ, ਸਟਾਰਟਿੰਗ ਜਰਨੀ ਬਹੁਤ ਇੰਟਰਸਟਿੰਗ ਰਹੀ ਹੈ, ਕੀ ਤੁਸੀਂ ਨਵਾਂ ਤੇ ਖਾਸ ਕੀ ਲੱਭਿਆ ਇਸ ਪੁਆਇੰਟ ਆਊਟ ਕੀਤਾ ਹੈ? ਮੈਂ ਥੋੜੇ ਦਿਨ ਪਹਿਲਾਂ ਹੀ ਆਇਆ ਸੀ, ਬੇਸਿਕਲੀ ਮੈਂ ਇੱਥੇ ਘਰ ਲੈਣ ਆਇਆ ਸੀਗਾ। TCPL ਇੱਕ ਉਹ ਹੈਗੇ ਬ੍ਰਾਂਡ ਹੈ ਕਾਫੀ ਅੱਛਾ, ਉਹਨਾਂ ਨੇ ਮੈਨੂੰ ਇੱਕ ਫਲੈਟ ਦਿੱਤਾ ਉਹਦੀ ਲਿਆ ਸੀ ਵੈਸੇ ਤਾਂ ਮੈਂ, ਤੇ ਮੈਨੂੰ ਬੱਬੂ ਭਾਜੀ ਦਾ ਤੇ ਮਨੀਸ਼ ਭਾਜੀ ਦਾ ਇਨਵੀਟੇਸ਼ਨ ਆਇਆ ਕਿ ਆਓ ਤੁਸੀਂ। ਹਾਲਾਂਕਿ ਅੱਜ ਮੈਂ ਜਾਣਾ ਸੀਗਾ ਵਾਪਸ, ਬਟ ਜਿੱਦਾਂ ਹੀ ਮੈਂ ਇੱਥੇ ਆਇਆ ਇੱਥੇ ਮਾਹੌਲ ਹੀ ਕੁਛ ਹੋਰ ਸੀਗਾ, ਬੜਾ ਮਜ਼ਾ ਆਇਆ ਸਾਰਿਆਂ ਨੂੰ ਮਿਲ ਕੇ। ਅੱਛੀ ਗੱਲ ਇਹ ਹੈ ਵੀ ਸਾਰੇ ਆਰਟਿਸਟ ਲੋਕ ਪਬਲਿਕ ਤਾਂ ਮਿਲਦੇ ਰਹਿੰਦੇ ਆ, ਬਟ ਆਰਟਿਸਟ ਅੱਜ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਗਏ। ਅਤੇ ਜਿਹੜਾ ਗੱਡੀਆਂ ਦਾ ਸ਼ੋਰੂਮ ਸਟਾਰਟ ਕੀਤਾ ਹੈ, ਮੈਂ ਤਕਰੀਬਨ ਅਬਰੋਡ ਦੇ ਵਿੱਚ ਦੇਖਿਆ, ਬਾਹਰਲੀ ਕੰਟਰੀ 'ਚ ਇੱਦਾਂ ਦੇਖਿਆ ਹਾਈ ਕਲਾਸ ਗੱਡੀਆਂ, ਕਿਉਂਕਿ ਸਾਡੇ ਪੰਜਾਬੀ ਬਹੁਤ ਸ਼ੌਕੀਨ ਨੇ ਗੱਡੀਆਂ ਦੇ, ਕੋਠੀਆਂ ਦੇ। ਤੁਸੀਂ ਗੱਡੀ ਦੀ ਗੱਲ ਕੀਤੀ, ਤੁਹਾਡੀ ਖੁਦ ਦੀ ਪਰਸਨਲ ਗੱਡੀ ਫੇਵਰੇਟ ਗੱਡੀ ਹੈ ਜੇ ਗੱਲ ਕਰੀਏ ਤਾਂ? ਮੇਰੀ ਰੱਬ ਦਾ ਸ਼ੁਕਰ ਹੈ, ਜਿਹੜੀ ਫੇਵਰੇਟ ਮੇਰੀ ਹੈਗੀ ਸੀ ਹਮਰ ਸੀ, ਉਹ ਮੈਂ ਲੈ ਚੁੱਕਿਆ। ਅਤੇ ਤਕਰੀਬਨ ਮੇਰੇ ਕੋਲ ਹੈਗੀਆਂ ਨੇ ਹੁਣ 7-8 ਗੱਡੀਆਂ, ਹਮਰ ਵੀ ਹੈ, ਮਰਸਡੀਜ਼ ਵੀ ਹੈ, ਐਸ ਕਲਾਸ ਵੀ ਹੈ, ਈ ਵੀ ਹੈ, ਪਰ ਮੇਰੀ ਜਿਹੜੀ ਸਭ ਤੋਂ ਜ਼ਿਆਦਾ ਮੈਨੂੰ ਪਸੰਦ ਹੈ ਹਮਰ ਹੀ ਹੈ। ਉਹ ਪਟਿਆਲੇ ਘਰਾਣੇ ਤੋਂ ਇੱਕ ਗੋਡ ਗਿਫਟਡ ਹੁੰਦਾ ਕਿ ਵਿਰਾਸਤ 'ਚ ਤੁਹਾਨੂੰ ਸੰਗੀਤ ਮਿਲਿਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇੱਕ ਮਾਣ ਮਹਿਸੂਸ ਹੁੰਦਾ ਐਜ਼ ਅ ਸਿੰਗਰ? ਹਾਂ ਬਿਲਕੁਲ ਹੁੰਦਾ ਜੀ। ਦੇਖੋ ਪੰਜਾਬੀ ਮਾਂ ਬੋਲੀ ਨੇ ਬੜੇ ਆਰਟਿਸਟ ਦਿੱਤੇ ਨੇ, ਅਤੇ ਮੈਂ ਤਾਂ ਖੁਦ ਖੁਸ਼ਕਿਸਮਤ ਆ ਕਿ ਮੈਂ ਪਟਿਆਲਾ ਘਰਾਣਾ ਤੋਂ ਹੀ ਬਿਲੋਂਗ ਕਰਦਾ। ਪਟਿਆਲਾ ਘਰਾਣੇ ਦੇ ਵੱਡੇ ਵੱਡੇ ਸਿੰਗਰ ਨੇ, ਵੱਡੇ ਵੱਡੇ ਆਰਟਿਸਟ ਨੇ, ਅਤੇ ਸਾਰੇ ਵਰਲਡ ਦੇ ਵਿੱਚ ਜਿਹਨਾਂ ਨੇ ਨਾਮ ਰੋਸ਼ਨ ਕੀਤਾ ਪੰਜਾਬੀ ਅੱਜ ਤੱਕ, ਤਾਂ ਮੈਨੂੰ ਵੀ ਮਾਣ ਮਹਿਸੂਸ ਹੈ, ਚੰਗਾ ਲੱਗਦਾ, ਵਧੀਆ ਲੱਗਦਾ। ਅਤੇ ਆਲਮਪੁਰ ਸੰਘਰਸ਼ ਕਿੰਨਾ ਕੁ ਕਰਨਾ ਪਿਆ, ਕਿਉਂਕਿ ਸਟਰਗਲ ਬਹੁਤ ਹੁੰਦੀ ਇਸ ਫੀਲਡ ਵਿੱਚ, ਚਾਹੇ ਸਿੰਗਿੰਗ ਹੈ ਜਾਂ ਐਕਟਿੰਗ ਹੈ? ਸਟਰਗਲ ਤਾਂ ਮੇਰੇ ਚਿਹਰੇ ਤੋਂ ਲੱਗ ਜਾਂਦਾ, ਸਟਰਗਲ ਤਾਂ ਬਹੁਤ ਹੈ ਜੀ। ਮੇਰੇ ਚਿਹਰੇ ਨੂੰ ਲੱਗ ਰਹੀ ਕਿ ਇਹਨਾਂ ਨੇ ਕਾਫੀ ਸਟਰਗਲ ਕੀਤੀ, ਬਹੁਤ ਕੀਤੀ ਹੈ, ਬਹੁਤ ਕੀਤੀ, ਹੁਣ ਵੀ ਕਰ ਰਹੇ ਹਾਂ, ਸ਼ਾਇਦ ਚੱਲਦੇ ਹੀ ਰਹੇ ਨੇ, ਤਾਂ ਮਰਦੇ ਦਮ ਤੇ ਸਟਰਗਲ ਤਾਂ ਖਤਮ ਹੋਣੀ ਨਹੀਂ ਚਾਹੀਦੀ, ਇਹੀ ਅੱਗੇ ਲੈ ਕੇ ਜਾਂਦੀ ਹੈ। ਬਿਲਕੁਲ ਸਟਰਗਲ ਹੀ ਲਾਈਫ ਹੈ, ਸਟਰਗਲ ਤੋਂ ਬਾਹਰ ਕੀ ਜਾਂਦੀ ਹੈ। ਕਿੰਨੀ ਵਾਰੀ ਅਸੀਂ ਤਕਰੀਬਨ 20 ਸਾਲ ਪੁਰਾਣੇ ਦੋਸਤ ਹਾਂ, ਬਟ ਥੋੜ੍ਹੇ ਦਿਨ ਪਹਿਲਾਂ ਹੀ ਇਹਨਾਂ ਨੇ ਮੈਨੂੰ ਕਲਾਕਾਰੀ ਦਾ ਪਤਾ ਚੱਲਿਆ, ਲਿਖਦੇ ਨੇ ਬੜੇ ਅੱਛੇ ਰਾਈਟਰ ਨੇ, ਇਹਨਾਂ ਨੇ 2-3 ਗਾਣੇ ਦਿੱਤੇ, ਹੁਣ ਜਿਹੜੇ ਅਸੀਂ ਰਿਕਾਰਡ ਕਰ ਰਹੇ ਹਾਂ, ਮਤਲਬ ਬਹੁਤ ਜਲਦੀ ਸੁਣਾਵਾਂਗੇ ਦਰਸ਼ਕਾਂ ਨੂੰ, ਅਤੇ ਰੱਬ ਸੁਖ ਕਰਕੇ 2-4 ਗਾਣੇ ਉਹਨਾਂ ਦੇ ਫਿਲਮਾਂ 'ਚ ਵੀ ਆਉਣਗੇ, ਤੁਸੀਂ ਜਲਦੀ ਸੁਣੋਗੇ। ਅਜੇ ਦੇਵਗਨ ਦੀ ਫਿਲਮ ਸੀਗੀ ਐਕਸ਼ਨ ਜੈਕਸ਼ਨ, ਉਸ ਤੋਂ ਪਹਿਲਾਂ ਇੱਕ ਗਾਣਾ ਆਇਆ ਸੀਗਾ, ਫਿਲਮ ਸੀ ਸ਼ਾਦੀ ਕੇ ਸਾਈਡ ਇਫੈਕਟ, ਕੁਛ ਗਾਣਾ ਸੀ, ਤੌਬਾ ਮੈਂ ਵਿਆਹ ਕਰਕੇ ਪਛਤਾਇਆ, ਬੜਾ ਹਿੱਟ ਵੀ ਹੋਇਆ ਸੀ, ਉਹ ਪਾਪੇ ਵਿਆਹ ਕਰਕੇ ਪਛਤਾਇਆ ਬਹੁਤ ਵਧੀਆ ਸੀਗਾ। ਬਟ ਮੈਨੂੰ ਜਿਹੜਾ ਬਹੁਤ ਹੀ ਜ਼ਿਆਦਾ ਮੈਨੂੰ ਆਪਣਾ ਪਰਸਨਲ ਅੱਛਾ ਲੱਗਦਾ, ਉਹ ਸੀਗਾ ਮੌਕਾ, ਮੌਕਾ ਵਰਲਡ ਕੱਪ ਐਂਥਮ ਜਿਹੜਾ ਬਣਿਆ, ਜਦ ਵੀ ਮੈਚ ਹੁੰਦੇ ਆ ਇੰਡੀਆ ਦਾ ਹੋਰ ਅਨਦਰ ਕੰਟਰੀਜ਼ ਨਾਲ, ਤਾਂ ਮੌਕਾ ਮੌਕਾ ਚੱਲਦਾ ਹੀ ਚੱਲਦਾ ਹੈ, ਹਰ ਚੈਨਲ 'ਤੇ, ਹਰ ਮਤਲਬ ਤਕਰੀਬਨ ਸਾਰੇ ਪਾਉਂਦੇ ਆ, ਉਦੋਂ ਮੈਨੂੰ ਬੜਾ ਚੰਗਾ ਲੱਗਦਾ ਕਿ ਮੈਂ ਗਾਣਾ ਗਾਇਆ ਜੀ। ਅਤੇ ਬਾਲੀਵੁੱਡ ਮੈਸ਼ਅਪ ਬਾਰੇ ਕੀ ਕਹਿਣਾ ਚਾਹੋਗੇ, ਕਿਉਂਕਿ ਖਿਚੜੀ 'ਚ ਬਣ ਜਾਂਦੀ ਗਾਣਿਆਂ ਦੀ, ਪਿਓਰ ਜਿਹੜਾ ਗਾਣਾ ਉਹ ਪਿਓਰ ਹੀ ਰਹਿੰਦਾ ਹੈ, ਕਿਤੇ ਨਾ ਕਿਤੇ ਲੱਗਦਾ ਜਿਹੜੀ ਓਰੀਜਨਲਿਟੀ ਹੈ ਖਤਮ ਹੋ ਜਾਂਦੀ, ਕਿਤੇ ਰੀਮਿਕਸ ਕਨਵਰਟ ਕਰਦਾ, ਕਦੇ ਬਾਲੀਵੁੱਡ ਮੈਸ਼ਅਪ ਤਿਆਰ ਕਰਦਾ। ਰੀਮਿਕਸ ਤਾਂ ਬਾਕੀ ਐਕਚੁਅਲੀ ਇਹ ਨਾ ਆਪਣਾ ਥੋੜ੍ਹਾ ਜਿਹਾ, ਮੈਂ ਜਿੰਨਾ ਕੁ ਦੇਖਿਆ ਪੰਜਾਬ ਤੋਂ ਸਟਾਰਟ ਹੋ ਜਾ, ਵੈਸਟਰਨ ਨੂੰ ਅਸੀਂ ਬਹੁਤ ਜ਼ਿਆਦਾ ਤਰਜੀਹ ਦਿੰਦੇ ਹਾਂ, ਸਾਨੂੰ ਉਹ ਟਿਕ ਚਿਕ ਚਾਹੀਦਾ ਹੀ ਚਾਹੀਦਾ, ਗੱਡੀਆਂ 'ਚ ਵੱਜਣਾ ਚਾਹੀਦੇ ਨੇ ਗਾਣੇ ਇੱਦਾਂ ਦੇ, ਇਸ ਕਰਕੇ ਰੀਮਿਕ ਹੋਣ ਲੱਗ ਗਿਆ, ਬੇਸ ਜ਼ਿਆਦਾ ਹੋਣ ਲੱਗ ਗਿਆ, ਤਾਂ ਮੇਰੇ ਖਿਆਲ 'ਚ ਰੀਮਿਕ ਹੈ ਤਾਂ ਮਾੜੇ, ਕਲਚਰ ਖਰਾਬ ਕਰਦਾ ਜੀ, ਅਸੀਂ ਵੈਸਟਰਨ ਬਹੁਤ ਜ਼ਿਆਦਾ ਅਡਾਪਟ ਕਰਨ ਲੱਗ ਗਏ। ਤੁਸੀਂ ਕੀ ਕਹਿਣਾ ਚਾਹੋਗੇ ਬਤੌਰ ਰਾਈਟਰ?
ਦੇਖੋ ਜੀ ਮੈਂ ਤਾਂ ਇਹਨਾਂ ਨਾਲ ਇਹਨਾਂ ਜਿਹੜੀ ਖਾਸ ਸਿੱਖਿਆ ਤੇ ਇੱਕ ਪਾਣੀ ਨੂੰ ਹੈ ਜਿਹੋ ਜਿਹੇ ਬਰਤਨ ਚ ਹੋਵੇ ਘਰ ਵਿੱਚ ਜਿਹੜੇ ਤੁਸੀਂ ਇਹਨਾਂ ਦਾ ਸੁਣੇ ਹੋ ਬਾਕੀ ਸਭਿਆਚਾਰ ਨਾਲ ਜੁੜ ਕੇ ਰਹਿਣਾ ਤੁਸੀਂ ਸਰਪ੍ਰਾਈਜ਼ ਦੇ ਰਹੋ ਆਪਣੇ ਫੈਨਸ ਨੂੰ ਚਾਹਣ ਵਾਲੇ ਰਾਜੇ ਵਿੱਚ ਤੁਹਾਡਾ ਸੌਂਗ ਆ ਰਿਹਾ ਸਲਮਾਨ ਖਾਨ ਦਾ ਕਿੱਦਾਂ ਦਾ ਐਕਸਪੀਰੀਅੰਸ ਪੈਸੇ ਦੇ ਕਿਉਂਕਿ ਸਲਮਾਨ ਖਾਨ ਦਾ ਬੈਨਰ ਹੈ ਬਹੁਤ ਵੱਡਾ ਬੈਨਰ ਹੈ ਜਿਵੇਂ ਕਾਫੀ ਅੱਛੇ ਅੱਛੇ ਆਰਟਿਸਟ ਨੇ ਉਹਦੇ ਵਿੱਚ ਨਸ਼ੀਬ ਸ਼ਾਹੀ ਹੋਰ ਕਾਫੀ ਵੱਡੇ ਵੱਡੇ ਨੇ ਪਰ ਗਾਣੇ ਤਾਂ ਚਲੋ ਆਉਂਦੇ ਜਾਂਦੇ ਰਹਿਣਗੇ ਐਕਸਪੀਰੀਅੰਸ ਵੀ ਅੱਛਾ ਹੈ ਮੈਂ ਸਟਾਰਟ ਵੀ ਸਲਮਾਨ ਬਾਈ ਦੀ ਫਿਲਮ 'ਚ ਹੀ ਕੀਤਾ ਸੀਗਾ ਤੁਹਾਨੂੰ ਪਤਾ ਹੀ ਹੋਣਾ ਬੋਡੀਗਾਰਡ ਤੋਂ ਅਤੇ ਅਕਸ਼ੇ ਕੁਮਾਰ ਅਜੇ ਦੇ ਅਮਿਤਾਭ ਬੱਚਨ ਤਕਰੀਬਨ ਜਿੰਨੇ ਵੀ ਹੈਗੇ ਨੇ ਸਭ ਤੋਂ ਆਲੋ ਬੈਸਟ ਐਕਸਪੀਰੀਅੰਸ ਕਿਹਦੇ ਨਾਲ ਆਇਆ ਜਿਹੜੇ ਦਿੱਗਜਾਂ ਨਾਲ ਕੰਮ ਕੀਤਾ ਤੁਸੀਂ ਗਾਣਾ ਗਾਇਆ ਹਾਲਾਂਕਿ ਥੋੜ੍ਹਾ ਡਿਫੀਕਲਟ ਹੈ ਬਟ ਬੈਸਟ ਐਕਸਪੀਰੀਅੰਸ ਕਿਹਨੂੰ ਮੰਨਦੇ ਹੋ ਸਲਮਾਨ ਖਾਨ ਐਸ ਆਰ ਕੇ ਅਮਿਤਾਭ ਬੱਚਨ ਸਾਰੇ ਇੱਕ ਤੋਂ ਇੱਕ ਵਰਗ ਹੀ ਨੇ ਮੇਰੇ ਕੋਲ ਤਾਂ ਕੋਈ ਐਸੀ ਗੱਲ ਹੈ ਨਹੀਂ ਜਿਹੜੀ ਉਹਨਾਂ ਦੀ ਕਮੀ ਮੇਰੇ ਯਾਦ ਹੋਵੇ ਕੋਈ ਉਹ ਪਰਫੈਕਟ ਲੋਕ ਨੇ ਜਮਾਂ ਹੀ ਇੱਕਦਮ ਪਰਫੈਕਟ ਮਤਲਬ ਮੈਂ ਤਾਂ ਸਿੱਖਿਆ ਹੀ ਆ ਉਹਨਾਂ ਨੂੰ ਕੰਮ ਕਰਕੇ ਸਭ ਕੁਛ ਅਤੇ ਬਸ ਮੇਰੀ ਇੱਕ ਰਿਕੁਐਸਟ ਹੁੰਦੀ ਆ ਉਹਨਾਂ ਨੂੰ ਜਿਹੜੀ ਉਹ ਮੰਨਦੇ ਵੀ ਨੇ ਮੈਂ ਉਹਨਾਂ ਨੂੰ ਇਹੀ ਗੱਲ ਕਹਿਣਾ ਜਿੱਦੀ ਮਰਜ਼ੀ ਫਿਲਮ ਚਾਹੇ ਤੁਸੀਂ ਇੰਗਲਿਸ਼ ਬਣਾ ਲਓ ਚਾਹੇ ਹਿੰਦੀ ਬਣਾਓ ਜਿਹੜੀ ਮਰਜ਼ੀ ਬਣਾ ਲਓ ਪਰ ਮੇਰੇ ਤੋਂ ਜਦ ਤੁਸੀਂ ਗਾਣਾ ਗਵਾਉਣਾ ਹੋ ਤਾਂ ਮੇਰੀ ਲੈਂਗੁਏਜ ਪੰਜਾਬੀ ਹੋਣੀ ਚਾਹੀਦੀ ਪੰਜਾਬੀ 'ਚ ਗਵਾਇਓ ਅਤੇ ਅੱਜ ਤੱਕ ਤੁਸੀਂ ਜਿੰਨੀ 50 ਤੋਂ ਪਲੱਸ ਆ ਚੁੱਕੇ ਨੇ ਗਾਣੇ ਤਕਰੀਬਨ 100 ਫਿਲਮਾਂ ਆ ਚੁੱਕੀਆਂ ਨੇ ਜਿੰਨੇ ਵੀ ਤੁਸੀਂ ਚੱਕ ਕੇ ਦੇਖੋ ਮੇਰੇ ਪੰਜਾਬੀ ਗਾਣੇ ਹੀ ਆਉਂਦੇ ਨੇ ਹਰ ਫਿਲਮ ਦੇ ਵਿੱਚ ਫਿਲਮ ਹਿੰਦੀ ਹੁੰਦੀ ਹੈ ਪਸੰਦੀਦਾ ਜੋਨਰ ਕਿਹੜਾ ਹੈ ਹਰ ਤਰ੍ਹਾਂ ਦੀ ਗਾਣੇ ਕੋਈ ਪਾਰਟੀਕੂਲਰ ਜੋਨਰ ਹੈਗਾ ਜਿੱਥੇ ਆਪਾਂ ਗੱਲ ਕਰ ਸਕੀਏ ਮੇਰਾ ਜੋਨਰ ਜਿਹੜਾ ਉਹ ਉੱਥੇ ਤਾਂ ਲੋਕਾਂ ਨੇ ਦਿੰਦੇ ਨਹੀਂ ਹੈਗੇ ਸੱਚੀ ਗੱਲ ਦੱਸਾਂ ਕਿਹੜਾ ਜੋਨਰ ਹੈਗਾ ਸੂਫੀ ਕਲਾਸਿਕ ਕਿਉਂਕਿ ਮੈਂ ਸਿੱਖਿਆ ਹੈ ਮੈਂ ਜਿੱਦਾਂ ਤੁਸੀਂ ਸਮਝ ਲਓ ਐਮਏ ਕੀਤੀ ਹੈ ਮੈਂ ਕਲਾਸਿਕ ਮੂਵੀ ਇੰਡੀਅਨ ਕਲਾਸਿਕ ਮੂਵੀਜ਼ ਦੇ ਵਿੱਚ ਪਰ ਉਦੋਂ ਮੈਨੂੰ ਗਾਣਾ ਮਿਲ ਹੀ ਨਹੀਂ ਹੈਗਾ ਮੈਨੂੰ ਗਾਣੇ ਮਿਲਦੇ ਨੇ ਬੱਲੇ ਬੱਲੇ ਚੱਕ ਲੈ ਸਾਬਾ ਦਾਰੂ ਸ਼ਾਰੂ ਇਹ ਪਰ ਹੁਣ ਕੀ ਕਾਰਨ ਹੈ ਕਿਉਂ ਨਹੀਂ ਮਿਲ ਪਾਉਂਦੇ ਕਿਉਂਕਿ ਫਿਰ ਦਿਲੋਂ ਖੁਆਇਸ਼ ਹੁੰਦੀ ਕਿ ਸਾਨੂੰ ਪਸੰਦੀਦਾ ਜੋਨਰ ਮਿਲੇ ਹਾਂ ਉਹ ਪਰ ਉਹ ਕਹਿੰਦੇ ਨੇ ਨਹੀਂ ਆਪ ਤੋਂ ਸਰ ਉਹ ਮਤਲਬ ਐਡਾ ਵੱਡਾ ਬਣਾ ਦਿਆ ਦਿਨ ਤੋਂ ਦੋ ਕਹਿੰਦਾ ਨਾ ਅੱਛੇ ਦਿਨਾਂ ਦੀ ਕਦੋਂ ਆਏਗਾ ਦਿਨ ਤੋਂ ਪਸੰਦੀਦਾ ਜੋਨਰ ਉਹ ਐਡਾ ਵੱਡਾ ਬਣਾਉਂਦੇ ਆ ਮੈਨੂੰ ਜਦ ਮੈਂ ਉਹਨੂੰ ਵਿਸ਼ਵਾਸ ਕਰਦਾ ਮੇਰੇ ਐਸਾ ਗਾਣਾ ਚਾਹਤਾ ਜਿਸ ਤਰ੍ਹਾਂ ਹੁਣ ਅਮਿਤ ਤ੍ਰਿਵੇਦੀ ਨਾਲ ਕੀਤਾ ਕਲਾਸ ਗਾਣਾ ਉਹ ਲਾਸਟ ਸੀਗਾ ਮਨ ਮਰਜ਼ੀਆਂ ਫਿਲਮ ਸੀ ਅਭਿਸ਼ੇਕ ਬੱਚਨ ਦੀ ਉਹਦੇ ਵਿੱਚ ਸੀਗਾ ਪਿਆਰ ਪਿਆਰ ਜਿੰਦਾਬਾਦ ਅਤੇ ਹੁਣ ਇੱਕ ਫਿਲਮ ਕਰ ਰਹੇ ਨੇ ਉਹ ਮੈਂ ਉਹਨੂੰ ਕਿਹਾ ਭਾਈ ਮੁਝੇ ਐਸਾ ਕੋਈ ਗਾਣਾ ਦੋ ਸੁਰੀਲਾ ਸਭ ਕੁਝ ਥੋੜ੍ਹਾ ਆਪ ਤੋਂ ਇਤਨੇ ਅੱਛੇ ਕੰਪੋਜ਼ਰ ਹੋ ਆਪਕਾ ਹਰ ਗਾਣੇ ਇਹ ਕਲਾਸ ਹੁੰਦਾ ਹੈ ਕਿਤੇ ਆਲਮ ਆਪ ਸਭ ਕੁਝ ਗਾ ਲੈਂਦੇ ਹੋ ਉਹ ਵੀ ਟਾਈਮ ਹੈਗਾ ਉਹ ਵੀ ਗਵਾਏਗੇ ਜੋ ਇਹ ਜੋ ਬੜੇ ਬੜੇ ਗਾਣੇ ਮੈਂ ਚਾਹਤਾ ਹੂੰ ਆਪ ਗਾਓਗੇ ਮਾਨਤਾ ਕਾਫੀ ਫੇਮਸ ਨੇ ਤੇ ਮੈਨੂੰ ਸੁਣ ਚ ਆਇਆ ਮੇਰੇ ਦਾਦੀ ਦੁੱਦੀ ਨੂੰ ਕਹਿ ਦਿੰਦੇ ਸੀ ਕਹਿੰਦੇ ਭਾਈ ਉੱਥੇ ਤੇਰੀ ਅਸਲੋਕ ਕੀਤੀ ਸੀਗੀ ਮੰਨਤ ਮੰਗੀ ਸੀ ਤੇ ਜਿਹੜੇ ਗਾਣੇ ਤੁਸੀਂ ਜਾਣੇ ਜਾਂਦੇ ਸੂਰਜਸਤ ਪੰਜਾਬੀ ਉਹ ਗਾਣਾ ਗਾਉਂਦੇ ਜਾਓ ਆਪਣੇ ਚਾਹਣ ਵਾਲੇ ਵਾਸਤੇ ਤੇ ਪਲੱਸ ਉਹ ਪਾਪੇ ਪਿਆਰ ਜਿਹੜੇ ਫੇਮਸ ਗਾਣੇ ਪਾਪੂਲਰ ਨੰਬਰਸ ਨੇ ਬਾਲੀਵੁੱਡ ਨੰਬਰਸ ਨੇ ਹਾਂਜੀ ਹਾਂਜੀ ਤੇ ਕੀ ਮਤਲਬ ਮੈਂ ਸੁਣਾਵਾਂ ਹਾਂ ਤੁਸੀਂ ਐਂਡਿੰਗ ਕਰਦੇ ਜਾਓ ਅੱਛਾ ਹੋ ਨਾ ਕਿੰ ਜੈਸੀ ਜ਼ੁਲਫੇ ਥੀ ਅਬ ਪੂਰੀ ਨਾ ਕਿਨ ਵੋ ਦਸਨੇ ਮੁਝ ਕੋ ਆਤੀ ਹੈ ਐਵਰੀ ਡੇ ਥੀ ਚਾਂਦ ਕਭੀ ਅਬ ਤਾਰੇ ਦਿਖਲਾਤੀ ਹੈ ਐਵਰੀ ਡੇ ਥੀ ਜਾਨ ਮੇਰੀ ਅਬ ਜਾਨ ਜਲਾਤੀ ਹੈ ਜੀ ਐਵਰੀ ਡੇ ਸੁਪਰਮੈਨ ਸੇ ਬੋਲੀ ਸੁਪਰ ਸੇ ਉਪਰ ਨਹੀਂ ਕੋਈ ਵੀ ਕੋਈ ਵੀ ਕੋਈ ਵੀ ਨਾ ਇਸ ਕੋ ਖੁਸ਼ ਕਰ ਪਾਇਆ ਤੋਬਾ ਮੈਂ ਵਿਆਹ ਕਰਕੇ ਤੋਬਾ ਮੈਂ ਵਿਆਹ ਕਰਕੇ ਪਛਤਾਇਆ ਤੋਬਾ ਮੈਂ ਸ਼ਾਦੀ ਕਰਕੇ ਪਛਤਾਇਆ ਸੂਰਜ ਪੰਜਾਬੀ ਮਸਤਾ ਬੰਦਾ ਹੀ ਅੱਧਾ ਤੁਹਾਨੂੰ ਜਾਣ ਥੋੜ੍ਹੀ ਦੇਵਾਂਗੇ ਅਸੀਂ ਛੱਡਾਂਗੇ ਹੋ ਨਾ ਪਿਲਾਣਾ ਤੂੰ ਪੰਜਾਬੀਓ ਕੋ ਨਾਪ ਤੋਲ ਕੇ ਉਹਨਾ ਪਿਲਾਣਾ ਤੂੰ ਪੰਜਾਬੀਓ ਕੋ ਨਾਪ ਤੋਲ ਕੇ ਦਿਲ ਵਾਲੇ ਹੈ ਇਹ ਪੀਤੇ ਹੈ ਦਿਲ ਖੋਲ ਕੇ ਸੂਰਯ ਅਸਤ ਪੰਜਾਬੀ ਮਸਤ ਸੂਰਯ ਅਸਤ ਪੰਜਾਬੀ ਮਸਤ ਤਾਂ ਅਸੀਂ ਕਿ ਮੇਰੇ ਨਾਲ ਬਾਲੀਵੁੱਡ ਸਿੰਗਰ ਆਲਮਗੀਰ ਖਾਨ ਜਿਨ੍ਹਾਂ ਦੱਸਿਆ ਕਿ ਇਹਨਾਂ ਦੀ ਫੇਵਰੇਟ ਗੱਡੀ ਤਾਂ ਬਹੁਤ ਨੇ ਪਰ ਜਿਹੜੀ ਲੈਣੀ ਸੀ ਉਹਨਾਂ ਨੂੰ ਮਿਲ ਚੁੱਕੀ ਹੈ ਪਰ ਇਹਨਾਂ ਨੇ ਕਹਿਣਾ ਕਿ ਕੰਪੀਟੀਸ਼ਨ ਬਹੁਤ ਵੱਧ ਚੁੱਕਿਆ ਪਰ ਸਾਨੂੰ ਐਕਸਪੈਰੀਮੈਂਟ ਸੰਭਲ ਕੇ ਕਰਨਾ ਪਏਗਾ ਕਿਉਂਕਿ ਐਕਸਪੈਰੀਮੈਂਟ ਬਹੁਤ ਹੈ ਕੰਪੀਟੀਸ਼ਨ ਬਹੁਤ ਹੈ ਅਤੇ ਇਹਨਾਂ ਨੇ ਐਂਟਰਟੇਨ ਵੀ ਕੀਤਾ ਅਤੇ ਹੁਣ ਜਲਦੀ ਤੁਹਾਨੂੰ ਸਰਪ੍ਰਾਈਜ਼ ਦੇਣਗੇ ਰਾਧੇ ਫਿਲਮ 'ਚ ਗਾਣਾ ਇਹਨਾਂ ਦਾ ਆਉਣ ਵਾਲਾ ਸਲਮਾਨ ਖਾਨ ਦੀ ਫਿਲਮ ਵਿੱਚ ਅਤੇ ਬਣੇ ਰਹੋ ਟੀਵੀ ਇਹਨਾਂ ਦੀ ਗੱਲ